ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਸਿਤਾਰੇ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਇਸ ਸ਼ੋਅ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਐਸੋਸੀਏਟ ਡਾਇਰੈਕਟਰ ਸਤਬੀਰ ਸਿੰਘ ਜੀ ਦੇ ਨਾਲ। ਸਤਬੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ। ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਕਰਦੇ ਹਾਂ ਤੁਹਾਡੀ ਆਪਣੀ ਜਰਨੀ ਤੋਂ। ਕਿਵੇਂ ਦੀ ਜਰਨੀ ਰਹੀ ਤੁਹਾਡੀ ਹੁਣ ਤੱਕ ਦੀ, ਔਰ ਕਿਉਂ ਆਏ ਇਸ ਲਾਈਨ ਵਿੱਚ? ਜਰਨੀ ਵਧੀਆ ਰਹੀ, ਮਤਲਬ ਜਿੰਨੀ ਵੀ ਗਈ ਹੈ ਅਜੇ ਤੱਕ ਤਾਂ 10 ਸਾਲ ਹੋ ਗਏ ਤਕਰੀਬਨ ਇਸ ਲਾਈਨ 'ਚ। ਔਰ ਆਇਆ ਮੈਂ ਇਸ ਕਰਕੇ, ਮੇਰੇ ਮਦਰ ਆਰਟਿਸਟ ਸੀ ਤੇ ਉਹਨਾਂ ਨਾਲ ਮੈਂ ਸ਼ੂਟ ਤੇ ਜਾਂਦਾ ਹੁੰਦਾ ਸੀ ਤਾਂ ਮੈਨੂੰ ਇੱਕ ਚੀਜ਼ ਦਾ ਇਹੀ ਸ਼ੌਂਕ ਹੁੰਦਾ ਸੀ ਕਿ ਡਾਇਰੈਕਟਰ ਬਣਨਾ। ਅੱਛਾ ਜੀ। ਤੇ ਫਿਰ ਜਿਹਨੂੰ ਵੀ ਮਿਲਣਾ ਉਹਨਾਂ ਨੇ ਸਭ ਤੋਂ ਪਹਿਲਾਂ ਸਲਾਹ ਦਿੱਤੀ, ਅਗਰ ਡਾਇਰੈਕਟਰ ਬਣਨਾ ਤਾਂ ਐਡੀਟਿੰਗ ਸਿੱਖ ਲਓ। ਫਿਰ ਮੈਂ ਆਪਣੀ ਪਲੱਸ ਟੂ ਦੀ ਸਟੱਡੀ ਤੋਂ ਬਾਅਦ ਡਿਪਲੋਮਾ ਕੀਤਾ ਮਲਟੀਮੀਡੀਆ ਦਾ। ਡਿਪਲੋਮਾ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਇੱਕ ਵੀਡੀਓ ਡਾਇਰੈਕਟਰ ਹੈ JC ਧਨੂਆ ਦੀ, ਉਹਨਾਂ ਨਾਲ ਕੰਮ ਕੀਤਾ ਦੋ ਢਾਈ ਸਾਲ ਉਹਨਾਂ ਨਾਲ ਵੀਡੀਓ ਐਜ਼ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ। ਅਤੇ ਉਹ ਕਰਦੇ ਕਰਦੇ ਫਿਰ ਜਿੱਦਾਂ ਸ਼ੂਟਿੰਗ ਲਾਈਨ ਦਾ ਪਤਾ ਲੱਗਾ, ਹੌਲੀ ਹੌਲੀ ਲਿੰਕ ਬਣੇ ਅਤੇ ਫਿਲਮ ਮਿਲ ਗਈ। ਫਿਲਮ ਸਟਾਰਟਿੰਗ ਪਹਿਲੀ ਫਿਲਮ ਕੀਤੀ ਸੀ ਮੇਲ ਕਰਾ ਦੇ ਰੱਬਾ, ਉਹਦੇ ਵਿੱਚ ਮੈਂ ਮੇਕਿੰਗ ਕੀਤੀ ਸੀ ਫਿਲਮ ਦੀ ਬਿਹਾਈਂਡ ਸੀਨ। ਅਤੇ ਕੁਛ 10-15 ਦਿਨ ਦਾ ਸ਼ੂਟ ਲਾਸਟ ਵਿੱਚ ਮੈਨੂੰ ਮਿਲਿਆ ਅਤੇ ਉਹ ਇੱਕ ਫਿਲਮ ਤੋਂ ਕਹਿ ਲਓ ਲਿੰਕ ਬਣੇ ਆ ਜਿਹੜੇ ਹਜੇ ਤੱਕ ਚੱਲ ਰਹੇ ਆ ਜੀ, ਉਹਦੇ ਨਾਲ ਹੀ ਅੱਗੇ ਕੰਮ ਕੀਤਾ। ਓਕੇ, ਹੁਣ ਤੱਕ ਕਿੰਨੀਆਂ ਕੁ ਮੂਵੀਜ਼ ਕਰ ਲਈਆਂ ਨੇ? ਹੁਣ ਤੱਕ ਤਾਂ 27 ਮੂਵੀਜ਼ ਹੋ ਗਈ ਹੈ। ਅੱਛਾ ਜੀ। ਜਿਹਦੇ ਚੋਂ 6 ਬਾਲੀਵੁੱਡ ਹੈ, ਇੱਕ ਇੰਟਰਨੈਸ਼ਨਲ ਫਿਲਮ ਹੈ, ਆਸਟ੍ਰੇਲੀਅਨ ਮੂਵੀ ਹੈ। ਓਕੇ, ਬਾਕੀ ਸਭ ਪੰਜਾਬੀ ਹੈ। ਤੇ ਜਿਹੜੀ ਮੂਵੀਜ਼ ਤੁਸੀਂ ਕੀਤੀਆਂ, ਆਪਣਾ ਫੇਵਰੇਟ ਕੰਮ ਤੁਹਾਨੂੰ ਕਿਹੜਾ ਲੱਗਦਾ ਕਿ ਹਾਂ ਇਹ ਮੂਵੀ 'ਚ ਮੈਂ ਵਧੀਆ ਕੰਮ ਕੀਤਾ ਹੈ? ਕੰਮ ਤਾਂ ਚਲੋ ਸਾਰਿਆਂ 'ਚ ਹੀ ਵਧੀਆ ਹੀ ਕੀਤਾ, ਬਟ ਜੇ ਦੇਖਿਆ ਜਾਵੇ ਤਾਂ ਮੈਂ ਜੈਟ ਐਂਡ ਜੂਲੀਅਟ ਫਿਲਮ ਸੀ, ਉਹ ਵਧੀਆ ਲੱਗੀ, ਅਜੇ ਤੱਕ ਉਹਦਾ ਐਕਸਪੀਰੀਅੰਸ ਨਹੀਂ ਭੁੱਲਦਾ। ਜਾਂ ਸਭ ਤੋਂ ਜ਼ਿਆਦਾ ਐਕਸਪੀਰੀਅੰਸ ਵਾਲੀ ਫਿਲਮ ਹੈ ਪੰਜਾਬ 1984, ਮਤਲਬ ਜੇ ਕੁਛ ਸਿੱਖਣ ਨੂੰ ਮਿਲਿਆ ਤਾਂ ਉਹ ਫਿਲਮ ਵਿੱਚ ਹੈ ਕਿ 84 ਦੇ ਉੱਤੇ ਅਸੀਂ ਪਹਿਲਾਂ ਉਹਦੇ ਲਈ ਸਟੱਡੀ ਕੀਤੀ ਹੈ ਕਿਵੇਂ, ਈਵਨ ਕਿ ਅਸੀਂ 100-100 ਜੂਨੀਅਰ ਆਰਟਿਸਟ ਆਉਣੇ ਤਾਂ ਕਿਸੇ ਨੂੰ ਜੀਨ ਨਹੀਂ ਪਾਉਣ ਦੇਣੀ। 84 ਵਿੱਚ ਜੀਨਾਂ ਨਹੀਂ ਚੱਲਦੀਆਂ ਸੀਗੀਆਂ ਉਸ ਟਾਈਮ ਪੀਰੀਅਡ ਦੇ ਹਿਸਾਬ ਨਾਲ, ਕਿ ਸਾਡੇ ਕੋਈ ਗਲਤੀ ਨਾ ਹੋਵੇ, ਕੁਛ ਪ੍ਰੋਪਰਟੀਆਂ ਉੱਦਾਂ ਦੀਆਂ ਜੇ ਉਹ ਸਾਰਾ ਕੁਛ, ਉਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ, ਮਤਲਬ ਉਹ ਸਿੱਖਣ ਨੂੰ ਮਿਲਿਆ। ਫਿਰ ਨਮਸਤੇ ਇੰਗਲੈਂਡ ਕੀਤੀ ਬਾਲੀਵੁੱਡ ਫਿਲਮ ਸੀਗੀ, ਉਹ ਅਲੱਗ ਐਕਸਪੀਰੀਅੰਸ ਸੀ ਮੇਰੇ ਲਾਈਫ ਦੀ, ਮੇਰੇ ਗੱਲ ਸਭ ਤੋਂ ਮਹਿੰਗੀ ਫਿਲਮ ਹੋਈ ਹੈ ਜੀ, ਉਹਦਾ ਬਜਟ ਸਭ ਤੋਂ ਜ਼ਿਆਦਾ ਸੀ ਅਜੇ ਤੱਕ। ਜੀ ਜੀ, ਬਿਲਕੁਲ। ਅਤੇ ਜੇ ਗੱਲ ਕਰੀਏ ਤੁਹਾਡੀ ਐਜ਼ ਅ ਡਾਇਰੈਕਟਰ, ਜਿਹੜੀ ਸ਼ਾਰਟ ਮੂਵੀਜ਼ ਆਈਆਂ ਨੇ ਉਹਨਾਂ ਬਾਰੇ ਦੱਸੋ, ਕਦੋਂ ਕੀਤੀਆਂ, ਕੀ ਕਨਸੈਪਟ ਸੀਗਾ ਸ਼ਾਰਟ ਮੂਵੀਜ਼ ਦਾ? ਸ਼ਾਰਟ ਫਿਲਮ ਇੱਕ ਮੈਂ ਕੀਤੀ ਸੀ ਕਦਰ, ਉਹ ਸਪੀਡ ਰੈਗਡ ਤੋਂ ਰਿਲੀਜ਼ ਹੋਈ ਸੀ, ਮੇਰਾ ਫਰੈਂਡ ਹੈ ਲਵਗੇਸ਼ ਵਿੱਚ, ਅਤੇ ਉਹਨਾਂ ਨਾਲ ਅਸੀਂ ਦੋਨਾਂ ਨੇ ਰਲ ਕੇ ਕੀਤੀ ਸੀਗੀ ਉਹ ਕਨਸੈਪਟ। ਯਾਨੀ ਅਸੀਂ ਬੰਬੇ ਰਹਿੰਦੇ ਸੀਗੇ ਤਾਂ ਕਈ ਵਾਰੀ ਮੇਰੇ ਨਾਲ ਕਨਸੈਪਟ ਸ਼ੇਅਰ ਕਰਦਾ ਸੀਗਾ, ਆਪਾਂ ਇਹਦੇ 'ਤੇ ਫਿਲਮ ਕਰਾਂਗੇ। ਫਿਰ ਅਸੀਂ ਦੋਨਾਂ ਨੇ ਰਲ ਕੇ ਉਹ ਕਨਸੈਪਟ ਲਿਖਿਆ ਅਤੇ ਉਹਨੂੰ ਫਿਰ ਇਕੱਠੇ ਨੇ, ਅਸੀਂ ਇੱਧਰ ਇੱਕ ਵਾਰੀ ਸ਼ੂਟ ਕਰ ਰਹੇ ਸੀ, ਉੱਦਾਂ ਹੀ ਪਲਾਨ ਹੋਇਆ, ਕਹਿੰਦਾ ਮੈਂ ਸ਼ੂਟ ਕਰ ਰਿਹਾ ਬਾਜ਼ਾਰ 'ਚ, ਤੂੰ ਆ ਜਾ। ਤਾਂ ਅਸੀਂ ਇਕੱਠਿਆਂ ਨੇ ਸ਼ੂਟ ਕੀਤੀ, ਫਿਰ ਉਹ ਮੂਵੀ ਕੀਤੀ। ਅਤੇ ਇੱਕ ਫਿਲਮ ਮੈਂ ਜਿਹੜੀ ਐਜ਼ ਏ ਇੰਡੀਪੈਂਡੈਂਟ ਡਾਇਰੈਕਟਰ ਕੀਤੀ, ਉਹ ਹੈ ਸ਼ਹੀਦ। ਸ਼ਹੀਦ ਤੁਸੀਂ ਸੁਣਿਆ ਹੋਣਾ, ਤਰਨ ਤਰਨ ਵਿੱਚ ਇੱਕ ਫੌਜੀ ਸ਼ਹੀਦ ਹੋਏ ਸੀ ਜਿਨ੍ਹਾਂ ਦਾ ਸਿਰ ਨਹੀਂ ਆਇਆ ਸੀ ਬੋੜੇ ਨਾਲ, ਅਤੇ ਉਹਨਾਂ ਦੀ ਇੱਕ ਨਾ ਬੇਟੇ ਦੀ ਨਿਊਜ਼ ਆਈ ਸੀ। ਮੈਂ ਬੰਬੇ ਜਾ ਰਿਹਾ ਸੀ, ਫਲਾਈਟ 'ਤੇ ਸੀਗਾ, ਅਤੇ ਮੈਂ ਆਪਣੇ ਫੇਸਬੁੱਕ 'ਤੇ ਉਹਨਾਂ ਦੀ ਉਹ ਦੇਖੀ ਸੀਗੀ ਫੋਟੋ, ਮਤਲਬ ਨੈੱਟ ਚੱਲਿਆ ਨਹੀਂ, ਮੇਰੀ ਫੋਟੋ ਉੱਥੇ ਆ ਕੇ ਮੋਬਾਈਲ ਹੈ ਸਟੱਕ ਹੋ ਗਿਆ ਉਹ ਫੋਟੋ 'ਤੇ, ਔਰ ਉਹ ਲਾਸਟ ਟਾਈਮ ਸੀ ਮੁੰਡੇ ਨੇ ਆਪਣੇ ਫਾਦਰ ਨੂੰ ਸਲੂਟ ਮਾਰਿਆ, ਮਤਲਬ 9-10 ਸਾਲ ਦਾ ਬੱਚਾ ਸੀਗਾ ਅਤੇ ਉਹਨੇ ਆਪਣੇ ਫਾਦਰ ਨੂੰ ਸਲੂਟ ਮਾਰ ਕੇ ਆਖਰੀ ਸਲਾਮ ਕੀਤਾ। ਮੈਨੂੰ ਉਹ ਥੋੜ੍ਹੀ ਜਿਹੀ ਇੰਸਪੀਰੇਸ਼ਨ ਵਾਲੀ ਨਿਊਜ਼ ਲੱਗੀ, ਉਹ ਮੇਰੇ ਖੁਦ ਦੇ ਫਾਦਰ ਦੀ ਡੈਥ ਹੋਈ ਹੈ। ਫਿਰ ਮੈਂ ਉਹ ਥੋੜ੍ਹਾ ਜਿਹਾ ਟਾਈਮ ਪੀਰੀਅਡ ਆਇਆ ਤਾਂ ਮੈਂ ਉਹ ਫਿਲਮ ਨੂੰ ਸਿਰਫ ਇੱਕ ਉਹ ਬੱਚੇ ਦੇ ਫਾਦਰ ਰਿਲੇਸ਼ਨ ਅਕੋਰਡਿੰਗ ਲਿਖ ਕੇ ਬਣਾਇਆ, ਮਤਲਬ ਬੰਬੇ ਜਾ ਕੇ ਲਿਖਿਆ। ਫਿਰ ਮੈਂ ਆਪਣੇ ਪ੍ਰੋਡਿਊਸਰ ਨੂੰ ਸ਼ੇਅਰ ਕੀਤਾ, ਮੈਂ ਕਿਹਾ ਭਾਅ ਜੀ ਇੱਦਾਂ ਦਾ ਇੱਕ ਕਨਸੈਪਟ ਆ, ਮਤਲਬ ਇੰਨਾ ਕੁ ਆਪਣਾ ਖਰਚਾ ਆਊਗਾ। ਭਾਅ ਜੀ ਕਹਿੰਦੇ ਕੋਈ ਨਹੀਂ, ਕਹਿੰਦੇ ਆਪਾਂ ਚਲੋ ਉਹਨਾਂ ਦੀ ਫੈਮਿਲੀ ਦੀ ਹੈਲਪ ਹੀ ਹੋਏਗੀ, ਆਪਾਂ ਬਣਾ ਦਿੰਦੇ ਹਾਂ। ਜੀ ਜੀ, ਉਹ ਜਾਣੀ ਇੱਦਾਂ ਸੀ ਸਾਡੀ ਦਿਨਾਂ 'ਚ ਹੀ ਪਲਾਨ ਹੋਈ। ਉੱਥੇ ਵੀ ਕੁਦਰਤੀ ਮੈਨੂੰ ਉਹ ਬੱਚੇ ਦੀ ਰਿਕੁਐਸਟ ਆਈ ਕਿਸੇ ਦੀ, ਅਤੇ ਮੈਂ ਉਹ ਬੱਚਾ ਲੱਭ ਰਿਹਾ ਸੀ ਫਿਲਮ ਲਈ, ਉਹ ਕਿਸੇ ਬੱਚੇ ਦੀ ਰਿਕੁਐਸਟ ਆਈ ਫੇਸਬੁੱਕ 'ਤੇ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਕੀ ਕਰ ਰਿਹਾ? ਕਹਿੰਦਾ ਭਾਅ ਜੀ ਮੈਂ ਆਰਟਿਸਟ ਹਾਂ। ਜੀ ਜੀ ਜੀ। ਅਤੇ ਮੈਂ ਉਹਨੂੰ ਕਿਹਾ ਕਿ ਕਿੱਥੋਂ ਆਇਆ? ਕਹਿੰਦਾ ਮੈਂ ਜਲੰਧਰ ਤੋਂ ਬਿਲੋਂਗ ਕਰਦਾ। ਮੈਂ ਕਿਹਾ ਯਾਰ ਫਿਰ ਰੁੱਕ, ਮੈਂ ਜਲੰਧਰ ਹੀ ਆਉਂਦਾ ਵਾਪਸ। ਮੈਂ ਵਾਪਸ ਆਇਆ, ਉਹਨਾਂ ਨਾਲ ਮੁਲਾਕਾਤ ਹੋਈ, ਮੈਂ ਇੱਕ ਆਡੀਸ਼ਨ ਲਿਆ ਬੱਚੇ ਨੇ, ਬੜਾ ਵਧੀਆ ਆਡੀਸ਼ਨ ਦਿੱਤਾ, ਅਸੀਂ 3-4 ਦਿਨ 'ਚ ਫਿਲਮ ਪਲਾਨ ਕਰਕੇ ਸ਼ੂਟ ਕਰ ਲਈ ਅਤੇ ਉਹ ਰਿਲੀਜ਼ ਕੀਤੀ ਅਸੀਂ ਭਗਤ ਸਿੰਘ ਦੇ ਬਰਥਡੇ 'ਤੇ। ਜੀ, ਵਧੀਆ ਉਹਦਾ ਕਾਫੀ ਚੰਗਾ ਰਿਸਪੋਂਸ ਮਿਲਿਆ, ਮਤਲਬ ਅਸੀਂ ਕੋਈ ਇਨਕਮ ਲਈ ਨਹੀਂ ਬਣਾਈ ਸੀ, ਬਟ ਇਹ ਆ ਕਿ ਜਿੱਦਾਂ ਦੀ ਬਣੀ ਹੋਈ ਆ ਫਿਲਮ, ਲੋਕਾਂ ਨੇ ਜਿੰਨੇ ਵੀ ਦੇਖੀ ਉਹਨਾਂ ਨੇ ਉਹਦੇ ਲਈ ਵਧੀਆ ਹੀ ਕਿਹਾ। ਜੀ, ਜੇ ਅਸੀਂ ਗੱਲ ਕਰੀਏ ਜਿੱਦਾਂ ਤੁਸੀਂ ਸ਼ਾਰਟ ਮੂਵੀਜ਼ ਵੀ ਬਣਾਈਆਂ ਅਤੇ ਵੱਡੀਆਂ ਮੂਵੀਜ਼ ਜਿਹੜੀਆਂ ਨੇ ਉਹਨਾਂ ਨੂੰ ਵੀ ਤੁਸੀਂ ਡਾਇਰੈਕਟ ਕੀਤਾ, ਉਹਦੇ ਵਿੱਚ ਵੀ ਕੰਮ ਕੀਤਾ, ਕਿੰਨਾ ਕੁ ਡਿਫਰੈਂਸ ਲੱਗਦਾ? ਜਾਂ ਤੁਹਾਨੂੰ ਔਖਾ ਲੱਗਿਆ ਸੀਗਾ ਜਦੋਂ ਇੱਕ ਵੱਡੀ ਡਿਊਰੇਸ਼ਨ ਦੀ ਫਿਲਮ ਤੋਂ ਸ਼ਾਰਟ ਮੂਵੀਜ਼ ਵੱਲ ਆਏ? ਕਿਉਂਕਿ ਵੱਡੀ ਮੂਵੀ ਵਿੱਚ ਕਨਸੈਪਟ ਕਲੀਅਰ ਕਰਨ ਦਾ ਤੁਹਾਡੇ ਕੋਲ ਬਹੁਤ ਜ਼ਿਆਦਾ ਟਾਈਮ ਹੁੰਦਾ, ਔਰ ਉਹੀ ਕਨਸੈਪਟ ਕੋਈ 15-20 ਮਿੰਟ ਵਿੱਚ ਕਰਨਾ ਥੋੜ੍ਹਾ ਔਖਾ ਨਹੀਂ ਲੱਗਦਾ? ਔਖਾ ਤਾਂ ਲੱਗਿਆ ਕਿਉਂਕਿ ਮੇਰੀ ਆਪਣੀ
ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ 10-12 ਮਿੰਟ ਦੀ ਡਿਊਰੇਸ਼ਨ ਬਣਾਈ ਬਿਲਕੁਲ ਬਟ ਫਿਰ ਜਦੋਂ ਫਿਲਮ ਬਣ ਕੇ ਬਾਹਰ ਆਈ ਉਹ 18 ਮਿੰਟ ਦੀ ਬਣੀ ਤੇ ਘੁੰਮ ਫਿਰ ਕੇ ਸਾਨੂੰ ਆਪ ਹੀ ਰਿਲੀਜ਼ ਕਰਨੀ ਪਈ ਹੁਣ ਵੱਡੀ ਫਿਲਮ 'ਚ ਵੀ ਇਹ ਹੁੰਦਾ ਪ੍ਰੋਬਲਮ ਵੱਡੀ ਫਿਲਮ 'ਚ ਵੀ ਆਉਂਦੀ ਆ ਮਤਲਬ ਵੱਡੀ ਫਿਲਮ ਵੀ ਕਈ ਵਾਰੀ ਸ਼ੂਟ ਓਵਰ ਹੋ ਜਾਂਦੀ ਆ ਫਿਰ ਉੱਥੇ ਐਡੀਟਿੰਗ ਦੇ ਬਹਿ ਕੇ ਸੀਨ ਕੱਟਣੇ ਪੈਂਦੇ ਆ ਮਤਲਬ ਕਾਫੀ ਚੀਜ਼ਾਂ ਆਉਂਦੀਆਂ ਤਕਰੀਬਨ ਪ੍ਰੋਬਲਮ ਹਰ ਜਗ੍ਹਾ ਹੀ ਆ ਬਟ ਇਹ ਆ ਕਿ ਇਹ ਸਟਾਰਟਿੰਗ ਤੋਂ ਲੈ ਕੇ ਚੱਲੀਏ ਜਾਂ ਕਿੱਦਾਂ ਦੀ ਬਣਾਉਣੀ ਹੈ ਕਿਸ ਕਿੰਨੀ ਡਿਊਰੇਸ਼ਨ ਹੈ ਕਿਉਂਕਿ ਆਪਣੇ ਪੰਜਾਬ 'ਚ ਜਿੱਦਾਂ ਤਾਂ ਕੰਮ ਹੁੰਦਾ ਜਿੱਦਾਂ ਹੁਣ ਬਾਲੀਵੁੱਡ ਦੀਆਂ ਫਿਲਮਾਂ ਉਹ ਤਾਂ ਇਕੱਲਾ ਇਕੱਲਾ ਸੀਨ ਦੀ ਡਿਊਰੇਸ਼ਨ ਪਹਿਲਾਂ ਤਾਂ ਨੋਟ ਹੁੰਦੀ ਹੈ ਕਿ ਕਿੰਨੇ ਸੀਨ ਦੀ ਆ ਪੰਜਾਬ ਵਿੱਚ ਜ਼ਿਆਦਾ ਇਸ ਚੀਜ਼ਾਂ ਦਾ ਧਿਆਨ ਨਹੀਂ ਦਿੱਤਾ ਜਾਂਦਾ ਪੰਜਾਬੀ ਫਿਲਮ ਦੇ ਵਿੱਚ ਇਹ ਅੱਗ ਬਣ ਜਾਂਦੀ ਆ ਬਾਅਦ 'ਚੋਂ ਕਈ ਵਾਰੀ ਐਡੀਟਿੰਗ 'ਤੇ ਜਾ ਕੇ ਦੇਖਣੀ ਪੈਂਦੀ ਇਹ ਸੀਨ ਕੱਢਣੇ ਪੈਂਦੇ ਆ ਉਹ ਚੀਜ਼ਾਂ ਕਈ ਪ੍ਰੋਬਲਮ ਆਉਂਦੀਆਂ ਬਟ ਠੀਕ ਹੈ ਕਿ ਦੋਨਾਂ ਵਿੱਚ ਥੋੜ੍ਹਾ ਡਿਫਰੈਂਸ ਹੈ ਸ਼ਾਰਟ ਫਿਲਮ 'ਚ ਥੋੜ੍ਹੀ ਜਿਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਕਿ ਮੈਸੇਜ ਕਨਵੇ ਕਰਨਾ ਬਹੁਤ ਔਖਾ ਹੁੰਦਾ ਬਿਲਕੁਲ ਲਿਮਿਟਡ ਟਾਈਮ ਹੈ ਉਹ ਚੀਜ਼ਾਂ ਜੀ ਅਤੇ ਜੇ ਅਸੀਂ ਗੱਲ ਕਰੀਏ ਜਿੱਦਾਂ ਤੁਸੀਂ ਬਾਲੀਵੁੱਡ ਵਿੱਚ ਵੀ ਕੰਮ ਕੀਤਾ ਪੰਜਾਬੀ ਮੂਵੀਜ਼ ਵਿੱਚ ਵੀ ਕੰਮ ਕੀਤਾ ਤੁਹਾਨੂੰ ਫੇਵਰੇਟ ਕਿਹੜਾ ਲੱਗਦਾ ਫੇਵਰੇਟ ਤਾਂ ਚਲੋ ਪੰਜਾਬੀ ਆਪਣੀ ਮਾਂ ਬੋਲੀ ਆ ਪੰਜਾਬੀ ਦੇ ਕੰਮ ਨਹੀਂ ਮਾੜਾ ਬਟ ਜੇ ਕੰਮ ਦਾ ਐਕਸਪੀਰੀਅੰਸ ਵਧੀਆ ਉਹ ਬਾਲੀਵੁੱਡ ਵਿੱਚ ਹੈ ਕਿਉਂਕਿ ਬਾਲੀਵੁੱਡ ਵਿੱਚ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਪਰਫੈਕਟ ਆ ਆਪਣੇ ਪੰਜਾਬ ਵਿੱਚ ਅਜੇ ਕਾਫੀ ਆਪਾਂ ਬਹੁਤ ਪਿੱਛੇ ਹਾਂ ਬਾਲੀਵੁੱਡ ਨਾਲੋਂ ਬਹੁਤ ਪਿੱਛੇ ਹਾਂ ਕਿਉਂਕਿ ਈਵਨ ਕਿ ਮੈਂ ਉੱਥੇ ਤੇ ਜੇ ਐਕਟਰਾਂ ਦੀ ਟੀਮ ਦੇਖਾਂਗੇ ਮੈਂ ਨਮਸਤੇ ਇੰਗਲੈਂਡ ਅਸੀਂ ਫਿਲਮ ਕਰ ਰਹੇ ਸੀਗੇ ਇੱਕ ਦਿਨ ਰਾਤ ਨੂੰ ਸਾਨੂੰ 12-1 ਵੱਜ ਗਏ ਸ਼ੂਟ ਕਰਦੇ 12-1 ਵਜੇ ਪੈਕਅਪ ਹੋਇਆ ਤੇ ਅਗਲੇ ਦਿਨ ਅਟਾਰੀ ਬਾਰਡਰ ਤੇ ਸ਼ੂਟ ਕਰਨਾ ਸੀ ਬਾਰਡਰ ਦੀ ਪਰਮਿਸ਼ਨ ਸਾਡੇ ਕੋਲ ਲਿਮਿਟਡ ਸੀਗੀ ਮਤਲਬ 11-12 ਵਜੇ ਤੱਕ ਦੀ ਪਰਮਿਸ਼ਨ ਦੀ ਔਰ ਸਵੇਰ ਦਾ ਪਹਿਲਾ ਸੀਨ ਸੀ ਡਾਇਰੈਕਟਰ ਨੇ ਲੈਣਾ ਸਨਰਾਈਜ਼ ਦਾ ਉਹਨਾਂ ਨੇ ਪੁੱਛਿਆ ਜਾ ਕੇ ਅਰਜੁਨ ਨੂੰ ਕਿ ਅਰਜੁਨ ਨੂੰ ਕਹਿੰਦੇ ਕੱਲ੍ਹ ਸੁਬਹਾ ਜਲਦੀ ਸ਼ੂਟ ਕਰਨਾ ਤੁਸੀਂ ਜਲਦੀ ਆ ਜਾਓਗੇ ਅਤੇ ਅਰਜੁਨ ਕਹਿੰਦਾ ਨੋ ਇਸ਼ੂ ਕਹਿੰਦਾ ਸਰ ਮੈਂ ਜਾਬ ਬੋਲੋ ਦੇ ਪਾਉਣਾ ਅਤੇ ਮੈਂ ਕਾਲ ਟਾਈਮ ਜਿੱਦਾਂ ਅਸੀਂ ਕਾਲ ਸ਼ੀਟਾਂ ਦਿੱਤੀਆਂ ਸੀ ਅਕੋਰਡਿੰਗ ਟੂ ਕਾਲ ਟਾਈਮ ਅਸੀਂ ਏਡੀ ਸਭ ਤੋਂ ਪਹਿਲਾਂ ਪਹੁੰਚਦੇ ਸੀ ਸੈੱਟ 'ਤੇ ਅਤੇ ਅਸੀਂ 4:30 ਵਜੇ ਦਾ ਟਾਈਮ ਸੀਗਾ ਰੱਖਿਆ ਹੋਇਆ ਕਿ 4:30 ਏਡੀ ਨੇ ਪਹੁੰਚਣਾ ਔਰ 5 ਵਜੇ ਡਾਇਰੈਕਟਰ ਨੇ 5:15 ਅਰਜੁਨ ਕਪੂਰ ਅਤੇ ਅਸੀਂ 4:30 ਲੋਕੇਸ਼ਨ ਪਹੁੰਚ ਗਏ ਬਿਲਕੁਲ ਬਾਰਡਰ ਦੇ ਕੰਢੇ 'ਤੇ ਸੀ ਅਸੀਂ ਜਾ ਕੇ ਗੱਡੀ ਲਾਈ ਹਨੇਰਾ ਸੀ ਅਜੇ ਕੁਛ ਨਹੀਂ ਦਿਖਿਆ ਅਤੇ ਮੈਂ ਉੱਤਰ ਗਿਆ ਥੱਲੇ ਮੈਂ ਕਿਹਾ ਮੈਨੂੰ ਬਾਹਰ ਨਿਕਲਣਾ ਤੋਂ ਗੱਡੀ ਤੋਂ ਮੈਂ ਬਾਹਰ ਘੁੰਮਦਾ ਮਤਲਬ ਮੈਂ ਬਾਹਰ ਘੁੰਮਣ ਲਈ ਥੋੜ੍ਹਾ ਜਿਹਾ ਅੱਗੇ ਗਿਆ ਤਾਂ ਮੈਂ ਦੇਖਿਆ ਉੱਥੇ ਇੱਕ ਹੋਰ ਗੱਡੀ ਖੜ੍ਹੀ ਹੋਈ ਹੈ ਹਨੇਰੇ ਵਿੱਚ ਅਤੇ ਮੈਂ ਗੱਡੀ ਦੇਖੀ ਉਹ ਅਰਜੁਨ ਕਪੂਰ ਦੇ ਬਾਉਂਸਰਾਂ ਦੀ ਗੱਡੀ ਓਕੇ ਮੈਂ ਉਹਨਾਂ ਨੂੰ ਸ਼ੀਸ਼ਾ ਖੜਕਾ ਕੇ ਪੁੱਛਿਆ ਮੈਂ ਕਿਹਾ ਤੁਸੀਂ ਇੱਥੇ ਕੀ ਕਰਦੇ ਪਏ ਕਹਿੰਦਾ ਭਰਾਵਾ ਇਹਨੇ ਤਾਂ ਸਾਨੂੰ ਘਰ ਹੀ ਨਹੀਂ ਜਾਣ ਦਿੱਤਾ ਰਾਤ ਦੇ ਕਹਿੰਦਾ 12 ਵਜੇ ਦੂਰੇ ਖੜ੍ਹੇ ਹਾਂ ਮਤਲਬ ਉਹ ਇੰਨਾ ਸਟਿੱਕੀ ਏਰੀਆ ਸੀਗਾ ਕਿ ਉੱਥੇ ਰਾਤ ਨੂੰ ਗੱਡੀ ਖੜੀ ਕਰਨੀ ਬੜੀ ਔਖੀ ਹੈ ਬਿਲਕੁਲ ਬਾਰਡਰ 'ਤੇ ਸੀ ਮੈਂ ਪਿੱਛੇ ਦੇਖਿਆ ਅਰਜੁਨ ਕਪੂਰ ਉਹ ਗੱਡੀ 'ਚ ਸੁੱਤਾ ਪਿਆ ਕਹਿੰਦਾ ਯਾਰ ਅੱਜ ਸੁਬਹਾ ਦਾ ਜਲਦੀ ਟਾਈਮ ਦਾ ਤਾਂ ਮੈਂ ਰਾਤ ਕੋ ਗਿਆ ਹੀ ਨਹੀਂ ਹੋਟਲ ਮਤਲਬ ਪ੍ਰੋਫੈਸ਼ਨਲਿਜ਼ਮ ਜ਼ਿਆਦਾ ਹੈ ਉਹ ਡੈਡੀਕੇਸ਼ਨ ਸੀ ਉਹਨਾਂ ਦੀ ਮਤਲਬ ਉਹ ਸਟਾਰ ਵੀ ਆ ਐਡੀ ਵੱਡੀ ਫੈਮਿਲੀ ਤੋਂ ਬਿਲੋਂਗ ਕਰਦਾ ਬਟ ਇੱਕ ਡੈਡੀਕੇਸ਼ਨ ਸੀਗੀ ਕਿ ਸਵੇਰੇ ਸਨਰਾਈਜ਼ ਦਾ ਸ਼ਾਟ ਆ ਕਿਤੇ ਮੇਰਾ ਟਾਈਮ ਵੇਸਟ ਨਾ ਹੋਵੇ ਬਿਲਕੁਲ ਆਪਣੇ ਪੰਜਾਬ ਦੇ ਕਈ ਸਟਾਰ ਆ ਉਹਨਾਂ ਨੂੰ ਟਾਈਮ ਦੀ ਕਦਰ ਹੀ ਨਹੀਂ ਹੁੰਦੀ ਜੀ 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 ਅਤੇ ਇੰਨੀ ਮੂਵੀਜ਼ ਤੁਸੀਂ ਕਰ ਲਈਆਂ ਤੁਹਾਡਾ ਆਪਣਾ ਪ੍ਰਾਊਡੈਸਟ ਮੂਵਮੈਂਟ ਕਿਹੜਾ ਉਹਨਾਂ 'ਚੋਂ ਪ੍ਰਾਊਡੈਸਟ ਮੂਵਮੈਂਟ ਨਮਸਤੇ ਇੰਗਲੈਂਡ ਦਾ ਹੀ ਇੱਕ ਵਾਕਿਆ ਹੋਰ ਹੈ ਸ਼ੇਅਰ ਕਰਦਾ ਜੀ ਜੀ ਮਤਲਬ ਅਸੀਂ ਸ਼ੂਟ ਕਰ ਰਹੇ ਸੀ ਦੁਸ਼ਹਿਰੇ ਦਾ ਸੀਨ ਅਤੇ ਕੁਛ 200 ਦਾ ਕਰਾਊਡ ਸੀਗਾ ਮਤਲਬ ਸਾਡਾ ਫਸਟ ਡੇ ਹੀ ਉਹਨਾਂ ਨੂੰ ਕੁਛ ਸਮਝਾਉਣ ਲੱਗਾ ਔਰ ਹਿੰਦੀ ਪੰਜਾਬੀ ਦੀ ਪ੍ਰੋਬਲਮ ਆਉਂਦੀ ਪਟਿਆਲੇ ਸ਼ੂਟ ਚੱਲ ਰਿਹਾ ਸੀ ਉਹ ਲੋਕੀ ਉਹਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਗਏ ਜੀ 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 ਉਹਨੇ ਵਿਪੁਲ ਸਰ ਨੇ ਮੈਨੂੰ ਬੁਲਾਇਆ ਕਹਿੰਦੇ ਕਿ ਤੂੰ ਇੱਧਰ ਆ ਕਹਿੰਦੇ ਤੇਰੀ ਗੱਲ ਸਮਝ ਲੈਣੀ ਇਹਨਾਂ ਨੇ ਤੂੰ ਇਹਨਾਂ ਨੂੰ ਸਮਝਾ ਕੇ ਇੱਦਾਂ ਇੱਦਾਂ ਸੀਨ ਆ ਅਤੇ ਉਹਨਾਂ ਨੇ ਮੈਨੂੰ ਮਾਈਕ ਦੇ ਦਿੱਤਾ ਕਹਿੰਦੇ ਤੂੰ ਪੰਜਾਬੀ ਵਿੱਚ ਬੋਲ ਕੇ ਕਰ ਮੈਂ ਮਾਈਕ ਲਿਆ ਅਤੇ DOB ਵਿਚਾਰਾ UK ਤੋਂ ਸੀਗਾ ਉਹਨੂੰ ਹਿੰਦੀ ਪੰਜਾਬੀ ਕੁਛ ਨਹੀਂ ਆਉਂਦੀ ਸੀ ਅਤੇ ਉਹ ਸਟੱਡੀ ਕੈਮ ਦੇ ਕੈਮਰਾ ਲੈ ਕੇ ਸ਼ੂਟ ਕਰ ਰਹੇ ਸੀ ਕਰਾਊਡ ਦੇ ਵਿੱਚ ਅਤੇ ਮੈਂ ਪਿੱਛੋਂ ਬੋਲੀ ਜਾ ਰਿਹਾ ਵਿਪੁਲ ਸਰ ਨੇ ਐਕਸ਼ਨ ਕਿਹਾ ਤਾਂ ਮੈਂ ਬੋਲ ਰਿਹਾ ਮੈਂ ਲੋਕਾਂ ਕੋਲ ਕੰਮ ਕਰਾ ਰਿਹਾ ਰੋਲਾ ਪਾਈ ਜਾਂਦਾ ਮੈਂ ਕੋਈ ਬਜ਼ੁਰਗ ਵਿੱਚ ਮੈਂ ਕਮੇਡੀ ਕਰੀ ਜਾਵਾਂ ਮੈਂ ਅੰਕਲ ਗਏ ਅੰਕਲ ਜੀ ਹੱਥ ਉੱਪਰ ਕਰੋ ਨੱਚੋ ਜੇ ਕਰੋ ਉਹ ਕਰੋ ਮੈਂ ਬੋਲ ਰਿਹਾ ਔਰ ਮੈਨੂੰ ਨਹੀਂ ਪਤਾ ਸੀ ਮੇਰੀ ਆਵਾਜ਼ ਪਿੱਛੇ ਸਪੀਕਰ ਤੇ ਸਾਰੇ ਪਾਸੇ ਜਾ ਰਹੀ ਔਰ ਪਿੱਛੇ ਸਟਾਰਕਾਸਟ ਸਾਰੀ ਬੈਠੀ ਹੋਈ ਜਿੱਦਾਂ ਹੀ ਮੈਂ ਦੇਖਿਆ 1-1.5 ਮਿੰਟ ਮੈਂ ਕਿਹਾ ਵਿਪੁਲ ਸਰ ਨੇ ਘੱਟ ਹੀ ਨਹੀਂ ਬੋਲਿਆ ਮੈਂ ਪਿੱਛੇ ਦੇਖਿਆ ਵਿਪੁਲ ਸਰ ਹੈ ਨਹੀਂ ਤੇ ਮੈਂ ਦੇਖਿਆ ਮੋਨੀਟਰ ਦੇ ਬੈਠੇ ਹੱਥ ਜੋੜਨ ਦੇ ਕਹਿੰਦੇ ਬਸ ਕਰ ਕਹਿੰਦੇ ਕਿੰਨਾ ਬੋਲੇਗਾ ਮੈਂ ਬੰਦ ਕੀਤਾ ਕੱਟ ਕੀਤਾ ਤੇ ਮੈਨੂੰ ਮੇਰਾ ਫਸਟ ਆਈਡੀ ਆ ਕੇ ਕਹਿੰਦਾ ਕਹਿੰਦਾ ਜਾ ਤੈਨੂੰ ਪਰਿਨੀਤੀ ਬੁਲਾ ਰਹੀ ਮੈਂ ਕਿਹਾ ਕੀ ਹੋਇਆ ਤੇ ਮੈਂ ਬਾਹਰ ਗਿਆ ਮੈਂ ਕਿਹਾ ਪਤਾ ਨਹੀਂ ਗਾਲਾਂ ਹੀ ਪੈਣੀਆਂ ਪਰਿਨੀਤੀ ਕਹਿੰਦੀ ਇੱਧਰ ਆ ਕਹਿੰਦੀ ਕੋਲ ਗਿਆ ਤੇ ਮੈਨੂੰ ਕਹਿੰਦੀ ਮੈਂ ਜੱਫੀ ਪਾਣੀ ਤੈਨੂੰ ਕਹਿੰਦੀ ਇੰਨਾ ਕਹਿੰਦੀ ਤੂੰ ਕਮੇਡੀ ਕੀਤੀ ਹੈ ਕਹਿੰਦੀ ਤੂੰ ਇੰਨਾ ਹਸਾਇਆ ਕਹਿੰਦੀ ਸਾਨੂੰ ਬਟ ਉਹ ਮੇਰੇ ਲਈ ਇਹ ਸੀਗਾ ਕਿ ਉਹਨੇ ਤਾਂ ਮੈਨੂੰ ਹੱਗ ਕੀਤੀ ਪਿੱਛੇ ਪੂਰੇ ਕਰਾਊਡ ਨੇ ਰੋਲਾ ਪਾ ਦਿੱਤਾ ਤੇ ਉਹ ਇੱਕ ਅਲੱਗ ਮੂਵਮੈਂਟ ਸੀਗੀ ਮਤਲਬ ਅੱਜ ਤੱਕ ਦਾ ਜੇ ਮੇਰੇ ਦੇਖਿਆ ਜਾਵੇ ਬੈਸਟ ਐਕਸਪੀਰੀਅੰਸ ਵੀ ਇਹਨਾਂ ਨਾਲ ਕੰਮ ਕਰਕੇ ਮਿਲਿਆ ਮਤਲਬ ਏਡੇ ਵੱਡੇ ਸਟਾਰ ਆ ਉਹਨਾਂ ਨੂੰ ਕੋਈ ਹੈ ਨਹੀਂ ਇੱਦਾਂ ਦਾ ਕਿ ਅਸੀਂ ਸਟਾਰ ਹਾਂ ਜਦੋਂ ਵੀ ਮਿਲਦੇ ਬੜੇ ਪਿਆਰ ਨਾਲ ਮਿਲਦੇ ਆ ਈਵਨ ਕਿ ਹਜੇ ਤੱਕ ਅਸੀਂ ਲਿੰਕ ਵਿੱਚ ਹੈਗੇ ਹਾਂ ਬਿਲਕੁਲ ਤੇ ਜੇ ਤੁਹਾਡੀ ਆਪਣੀ ਜਰਨੀ ਦੀ ਗੱਲ ਕਰੀਏ ਫਰੋਮ ਅਸਿਸਟੈਂਟ ਡਾਇਰੈਕਟਰ ਫਿਰ ਐਸੋਸੀਏਟ ਡਾਇਰੈਕਟਰ ਫਿਰ ਹੁਣ ਤੁਸੀਂ ਆਪ ਵੀ ਡਾਇਰੈਕਟ
ਕਲੈਬ ਤੋਂ ਬਾਅਦ ਹੌਲੀ ਹੌਲੀ ਅੱਗੇ ਆਏ ਆ ਅਸਿਸਟੈਂਟ ਡਾਇਰੈਕਟਰ, ਫਿਰ ਕੰਟੀਨਿਊਟੀ ਦੇਖੀ, ਫਿਰ ਕੰਮ ਦੇਖੇ ਕਿੱਦਾਂ ਹੁੰਦੇ ਆ। ਮੈਨੂੰ ਤਕਰੀਬਨ ਮੈਂ 7-8 ਪੰਜਾਬ ਦੇ ਡਾਇਰੈਕਟਰ ਜਿਹਨਾਂ ਨੂੰ ਅਸਿਸਟ ਕਰ ਚੁੱਕਾ, 2-3 ਬੰਬੇ ਦੇ ਜਿਹਨਾਂ ਨੂੰ ਹੋ ਗਿਆ। ਮਤਲਬ ਉਹ ਹਰ ਬੰਦੇ ਦਾ ਅਲੱਗ ਅਲੱਗ ਐਕਸਪੀਰੀਅੰਸ ਲਿਆ, ਬਿਲਕੁਲ ਜਿੱਦਾਂ ਦਾ ਚੱਲ ਰਿਹਾ ਟਾਈਮ ਪੀਰੀਅਡ ਉਸ ਹਿਸਾਬ ਨਾਲ ਵਧੀਆ। ਹੁਣ ਜੇ ਐਜ਼ ਏ ਡਾਇਰੈਕਟਰ ਆਵਾਂਗੇ ਤਾਂ ਸ਼ਾਇਦ ਕੁਛ ਵਧੀਆ ਚੀਜ਼ ਹੀ ਕਰਾਂਗੇ। ਜੀ ਬਿਲਕੁਲ। ਜੇ ਫੈਮਿਲੀ ਦਾ ਰਿਐਕਸ਼ਨ ਪੁੱਛੇ ਤਾਂ ਤੁਹਾਡੀ ਅਚੀਵਮੈਂਟਸ ਜਾਂ ਤੁਹਾਡਾ ਕੰਮ ਦੇਖ ਕੇ ਜਦੋਂ ਤੁਸੀਂ ਵੱਡੇ ਸਟਾਰਸ ਨਾਲ ਕੰਮ ਕਰਦੇ ਹੋ ਤਾਂ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ? ਫੈਮਿਲੀ ਦਾ ਓਬਵੀਅਸਲੀ ਵਧੀਆ ਹੁੰਦਾ। ਹੁਣ ਮੇਰੇ ਮਦਰ ਤਾਂ ਇਸੀ ਲਾਈਨ ਤੋਂ ਆ, ਉਹਨਾਂ ਨੂੰ ਤਾਂ ਪਤਾ ਇਸ ਫੀਲਡ ਦਾ। ਬਟ ਇਹ ਆ ਕਿ ਜਿੱਦਾਂ ਹੁਣ ਰੈਲੇਟਿਵ ਕੁਛ ਕਹਿ ਲਓ ਕਿ ਕਈ ਰੈਲੇਟਿਵ ਜਿੱਦਾਂ ਪਹਿਲਾਂ ਕਦੇ ਬੁਲਾਉਂਦੇ ਨਹੀਂ ਹੁੰਦੇ, ਹੁਣ ਤਕਰੀਬਨ ਸਭ ਬੁਲਾਉਂਦੇ ਆ। ਠੀਕ ਹੈ, ਸਾਨੂੰ ਤਾਂ ਇਹ ਹੁੰਦਾ ਕਿ ਸਾਲ ਦੇ ਸਰਦੀਆਂ ਦੇ ਸੀਜ਼ਨ 'ਚ ਵਿਆਹ ਹੀ ਇੰਨੇ ਆ ਜਾਂਦੇ ਆ, ਸਾਨੂੰ ਇਹ ਨਹੀਂ ਪਤਾ ਹੁੰਦਾ ਕਿਹੜੇ ਕਿਹੜੇ ਰਿਸ਼ਤੇਦਾਰ ਉਹਨਾਂ ਜਿਹੜੇ ਬੁਲਾ ਰਹੇ ਆ। ਮਤਲਬ ਇਹ ਫੈਮਿਲੀ ਲਈ ਤਾਂ ਚਲੋ ਪ੍ਰਾਊਡ ਮੂਮੈਂਟ ਹੈ, ਦੂਜੀ ਇਹ ਗੱਲ ਹੁੰਦੀ ਕਿ ਮੈਂ ਮੇਰੇ ਲਈ ਆਪਣੇ ਲਈ ਵੀ ਮੈਂ ਇੱਕ ਚੀਜ਼ਾਂ ਸੋਚਦਾ ਹੁੰਦਾ, ਕਿਉਂਕਿ ਮੇਰੇ ਕਾਫੀ ਰਿਲੇਟਿਵ ਯੂਕੇ ਆ। ਮੈਂ ਜਦੋਂ ਫਸਟ ਟਾਈਮ ਯੂਕੇ ਫਿਲਮ ਕਰਨ ਗਿਆ ਸੀ ਤਾਂ ਮੈਂ ਕਿਸੇ ਨੂੰ ਦੱਸ ਕੇ ਨਹੀਂ ਗਿਆ ਸੀ। ਮਤਲਬ ਮੇਰੇ ਲੋਕ, ਅੱਜ ਕੱਲ੍ਹ ਦੇਖਿਆ ਯੂਟਿਊਬ 'ਤੇ ਵੀਡੀਓ, ਲੋਕ ਬਾਹਰੋਂ ਯੂਕੇ ਤੋਂ ਇੰਡੀਆ ਆ ਕੇ ਸਰਪ੍ਰਾਈਜ਼ ਦਿੰਦੇ, ਮੈਂ ਇੰਡੀਆ ਤੋਂ ਯੂਕੇ ਜਾ ਕੇ ਸਰਪ੍ਰਾਈਜ਼ ਦਿੱਤਾ ਸੀ। ਮਤਲਬ ਮੈਂ ਏਅਰਪੋਰਟ 'ਤੇ ਲੈਂਡ ਕਰਕੇ ਆਪਣੇ ਘਰਦਿਆਂ ਨੂੰ ਫੋਨ ਕੀਤਾ ਸੀ ਮੈਂ ਏਅਰਪੋਰਟ ਆ ਗਿਆ ਜੀ। ਮਤਲਬ ਇਹ ਚੀਜ਼ ਹੈ, ਮੇਰੇ ਮਾਮੇ ਉੱਥੇ ਰਹਿੰਦੇ, ਤਕਰੀਬਨ ਸਾਰਿਆਂ ਨੂੰ ਮੈਂ ਉੱਥੇ ਜਾ ਕੇ ਦੱਸਿਆ ਸੀ ਕਿ ਮੈਂ ਯੂਕੇ ਆਇਆ ਹੋਇਆ। ਓਕੇ ਓਕੇ। ਔਰ ਉਹਨਾਂ ਲਈ ਵੀ ਇੱਕ ਪ੍ਰਾਊਡ ਮੂਮੈਂਟ ਸੀਗੀ ਕਿ ਆਪਣੇ ਦਮ 'ਤੇ ਯੂਕੇ ਆਇਆ ਔਰ ਕੰਮ ਕਰਕੇ ਵਾਪਸ ਜਾ ਰਿਹਾ, ਕੋਈ ਇੱਥੇ ਆ ਕੇ ਉਹ ਇਨਲੀਗਲ ਨਹੀਂ ਹੈ, ਲੀਗਲ ਹੀ ਨਹੀਂ ਕੰਮ ਕਰ ਰਹੇ ਕੁਛ। ਜੀ, ਅਤੇ ਜੇ ਅਸੀਂ ਤੁਹਾਡੀ ਫਿਊਚਰ ਪਲਾਨਸ ਦੀ ਗੱਲ ਕਰੀਏ, ਅੱਗੇ ਹੋਰ ਕਿਹੜੇ ਪ੍ਰੋਜੈਕਟਸ ਕਰ ਰਹੇ ਹੋ? ਫਿਊਚਰ 1-2 ਫਿਲਮਾਂ ਹੈਗੀਆਂ ਲਾਈਨਅਪ 'ਚ, ਬਟ ਮੈਂ ਹੁਣ ਥੋੜ੍ਹਾ ਜਿਹਾ ਆਪਣੀ ਫਿਲਮ ਨੂੰ ਹੋ ਰਿਹਾ ਕਿ ਮੈਂ ਐਜ਼ ਏ ਡਾਇਰੈਕਟਰ ਹੀ ਕਰਾਂ। ਇੱਕ ਵੈਬ ਸੀਰੀਜ਼ ਦਾ ਪਲਾਨ ਚੱਲ ਰਿਹਾ, ਇੱਕ ਸ਼ਾਰਟ ਫਿਲਮ ਹੋਰ ਹੈ ਅਤੇ ਉਹ ਵੀ ਚੱਲ ਰਹੀ ਹੈ ਮੇਰੀ। ਬਾਕੀ ਦੇਖੋ ਅਜੇ ਤਾਂ ਸਾਰੀਆਂ ਪਲਾਨ ਲਾਈਨਅਪ ਹੀ ਹੈ, ਅਤੇ ਇੱਕ ਫਿਲਮ ਮੈਂ ਬਾਲੀਵੁੱਡ ਦੀ ਕਰਨ ਜਾ ਰਿਹਾ ਯੂਕੇ ਨੈਕਸਟ ਮੰਥ, ਉਹਦੇ ਲਈ ਅਜੇ ਉਹ ਚੱਲ ਰਿਹਾ। ਓਕੇ, ਅਤੇ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਜਾਂ ਸਾਡੇ ਯੂਥ ਨੂੰ ਜੋ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਯੂਥ ਨੂੰ ਮੈਸੇਜ ਹੈਗਾ ਹੈ ਕਿ ਇੱਕ ਤਾਂ ਨਸ਼ੇ ਤੋਂ ਦੂਰ ਰਹੋ ਸਾਰੇ, ਕਿਉਂਕਿ ਇੱਕ ਪੰਜਾਬ ਲਈ ਇਹ ਬਹੁਤ ਵੱਡੀ ਸਮੱਸਿਆ ਨਸ਼ੇ ਦੀ। ਬਾਕੀ ਇਹ ਹੈ ਕਿ ਚੰਗਾ ਸੋਚੋ, ਚੰਗਾ ਕਰੋ, ਚੰਗਾ ਕਰਨ ਨਾਲ ਹੀ ਅੱਗੇ ਵਧਾਂਗੇ ਔਰ ਮਿਹਨਤ ਕਰਾਂਗੇ ਤਾਂ ਕੁਛ ਦਿਖਾਂਗੇ ਅੱਗੇ। ਜੀ ਸਤਬੀਰ ਜੀ, ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ, ਮੈਂ ਪਹਿਲਾਂ ਚੈਨਲ ਪੰਜਾਬ ਪਲੱਸ ਦਾ ਵੀ ਥੈਂਕਸ ਕਰਦਾ, ਮੈਨੂੰ ਬੁਲਾਇਆ ਉਹਨਾਂ ਨੇ, ਅਤੇ ਥੈਂਕ ਯੂ ਸਾਰਿਆਂ ਦਾ ਮੈਮ, ਤੁਹਾਡਾ ਥੈਂਕਸ। ਥੈਂਕ ਯੂ ਸਰ।